ਹਾੜੀ ਦੀਆਂ ਫਸਲਾਂ ਲਈ 2019 ਕੋਈ ਬਹੁਤਾ ਲਾਹੇਵੰਦ ਨਹੀਂ ਰਿਹਾ। ਜਿੱਥੇ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੇਲ ਰਿਹਾ ਹੈ, ਉੱਥੇ ਹੀ ਬੇਮੌਸਮੀ ਬਰਸਾਤ ਨੇ ਕਿਸਾਨ ਨੂੰ ਇਸ ਬੋਝ ਹੇਠਾਂ ਹੋਰ ਦਬਾ ਦਿੱਤਾ ਹੈ। ਇਸ ਸਾਲ ਫਰਵਰੀ ਮਹੀਨੇ ਵਿੱਚ ਹੋਈ ਬੇਮੌਸਮੀ ਬਰਸਾਤ ਕਾਰਨ ਕਈ ਇਲਾਕਿਆਂ ਵਿੱਚ ਕਣਕ ਦੀ ਫਸਲ ਖਰਾਬ ਹੋ ਚੁੱਕੀ ਸੀ, ਪਰ ਹੁਣ ਜੋ ਬਚੀ ਖੁਚੀ ਕਣਕ ਜਿਸਦੇ ਹੁਣ ਵਾਢੀ ਦੇ ਆਸਾਰ ਸਨ, ਉਸਨੂੰ ਵੀ ਮੰਗਲਵਾਰ ਦੀ ਬਰਸਾਤ ਨੇ ਪਾਣੀ ਵਿੱਚ ਡੁਬੋਇਆ ਹੋਇਆ ਹੈ। ਆਪਣੀਆਂ ਸਮੱਸਿਆਵਾਂ ਨੂੰ ਕਿਸਾਨਾਂ ਨੇ ਕਿਵੇਂ ਬਿਆਨ ਕੀਤਾ, ਦੇਖੋ NRI TV ਦੀ ਸਪੈਸ਼ਲ ਰਿਪੋਰਟ। 6-7 ਦਿਨ ਲੇਟ ਪੈ ਗਿਆ। ਹਾਂਜੀ, ਕੰਮ 6-7 ਦਿਨ ਲੇਟ ਵਾ। ਜਿਹੜਾ ਪਹਿਲਾਂ ਮੀਂਹ ਪੈ ਚੁੱਕਾ ਉਹਦੇ ਨਾਲ ਕਾਫੀ ਜ਼ਿਮੀਂਦਾਰ ਦਾ ਨੁਕਸਾਨ ਹੋਇਆ, ਜਿਹੜਾ ਹੁਣ ਮੀਂਹ ਪੈ ਚੁੱਕਾ ਇਹਦੇ ਨਾਲ ਵਾਢੀ ਅੱਗੇ ਨਾਲੋਂ ਕੋਈ 5-7 ਦਿਨ ਲੇਟ ਹੋ ਗਈ ਆ। ਇਹ ਕਰਕੇ ਜ਼ਿਮੀਂਦਾਰ ਬਹੁਤ ਘਾਟੇ 'ਚ ਜਾਣ ਡਿਆ। ਜ਼ਿਮੀਂਦਾਰ ਦੇ ਕੋਲ ਕੋਈ ਏਡਾ ਕੋਈ ਉਪਰਾਲਾ ਸਾਧਨ ਹੈ ਨਹੀਂ, ਇਹ ਕਰਕੇ ਜ਼ਿਮੀਂਦਾਰ ਦਾ ਬਹੁਤ ਮਾੜਾ ਹਾਲ ਆ। ਇਹ ਸਰਕਾਰ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜ਼ਿਮੀਂਦਾਰ ਦਾ ਕੋਈ ਨਾ ਕੋਈ ਕਿਸੇ ਪਾਸੇ ਉਹਦੀ ਸਹਾਇਤਾ ਕਰੇ, ਉਹਦੀ ਮਦਦ ਕਰੇ। ਇਹ ਕਰਕੇ ਜ਼ਿਮੀਂਦਾਰ ਦਾ ਬਹੁਤ ਹੀ ਮਾੜਾ ਹਾਲ ਆ। ਨਾ ਤਾਂ ਜ਼ਿਮੀਂਦਾਰ ਨੂੰ ਪਿੱਛੇ ਕੁਝ ਦਿੱਤਾ, ਨਾ ਗੜੀ ਬਾਰਿਸ਼ ਦਾ ਕਹਿਰ ਆ ਰਿਹਾ। ਜ਼ਿਮੀਂਦਾਰ ਨੂੰ ਪਰੇਸ਼ਾਨੀ ਹੋ ਰਹੀ ਆ, ਗੌਰਮੈਂਟ ਕੋਈ ਗੱਲ ਨਹੀਂ ਸੁਣ ਰਹੀ। ਜ਼ਿਮੀਂਦਾਰ ਬਹੁਤ ਹੀ ਪਰੇਸ਼ਾਨ ਹੋ ਰਿਹਾ, ਗੰਨੇ ਦੀ ਫਸਲ ਸੁੱਟਣ ਦੇ ਵਿੱਚ ਬਹੁਤ ਪਰੇਸ਼ਾਨੀ ਆ ਰਹੀ ਆ। ਬਾਕੀ ਰੋਡ ਜੋ ਆ ਉਹ ਵੀ ਸਭ ਖਸਤਾ ਹਾਲਤ ਹੋਏ ਆ, ਬੜਾ ਬੜਾ ਤਕੜਾ ਖੱਡਾ, ਅਤੇ ਜ਼ਿਮੀਂਦਾਰ ਕਿੱਧਰ ਨੂੰ ਜਾਵੇ। ਬਿਊਰੋ ਰਿਪੋਰਟ, ਦਾ TV, NRI।